Voll da. Oder? Da fehlt. ਅਮਰਜੀਤ ਸਿੰਘ ਜਿਹੜਾ ਹਾਦਸੇ 'ਚ ਮੌਤਾਂ ਹੋਈਆਂ ਨੇ ਕੀ ਲੱਗਦੀ ਤੁਹਾਡੇ? ਚਾਚਾ ਚਾਚੀ ਕਿਵੇਂ ਹਾਦਸਾ ਵਾਪਰਿਆ? ਰਾੜਾ ਸਾਹਿਬ ਜਾ ਰਹੇ ਸੀਗੇ ਜੀ ਮੱਥਾ ਟੇਕਣ, ਮੈਰਿਜ ਐਨਵਰਸਰੀ ਸੀਗੀ। ਬਸ ਜਦੋਂ ਜੀ ਕੇ ਰਿਸੋਰਟ ਦੇ ਮੂਹਰੇ ਪਹੁੰਚੇ ਜੀ, ਉੱਧਰ ਇੱਕ ਨੋ ਆਪਣੇ ਸਕੋਰਪੀਓ ਗੱਡੀ ਆ, ਉਹਨੇ ਓਵਰਟੇਕ ਕੀਤਾ, ਫੋਨ ਉਹਦੇ ਹੱਥ ਕੰਨ 'ਤੇ ਲੱਗਿਆ ਸੀਗਾ, ਉਹਨੇ ਗੱਡੀ ਬਿਲਕੁਲ ਮੂਹਰੇ ਘੁਮਾ ਕੇ ਲਾਤੀ ਇਹਨਾਂ ਦੇ ਜੀ, ਇਹ ਲੈਫਟ ਸਾਈਡ ਲੱਗੇ ਜੀ। ਚਾਚਾ ਦੀ ਮੌਤ ਤਾਂ ਔਨ ਦੀ ਸਪੋਟ ਹੋ ਗਈ, ਆਂਟੀ ਦੀ 2 ਘੰਟੇ ਬਾਅਦ ਹੋ ਗਈ ਜੀ। ਅੱਛਾ, ਅਤੇ ਹੁਣ ਜਿਹੜਾ ਕੀ ਕਾਰਵਾਈ ਹੋ ਰਹੀ ਹੈ ਜੀ? ਕਾਰਵਾਈ ਜੀ ਹੁਣ ਪਰਚਾ ਹੋ ਗਿਆ ਨਾ ਜੀ, ਮੈਂ ਪਿੱਛੇ ਸੀਗਾ ਥੋੜ੍ਹਾ ਜਿਹਾ ਉਹਨਾਂ ਤੋਂ, ਮੈਂ ਵੀ ਜਾ ਰਿਹਾ ਸੀਗਾ, ਜਦ ਮੈਂ ਜਾ ਕੇ ਦੇਖਿਆ ਮੇਰੇ ਜੰਦ ਨੂੰ ਇਹ ਹੋ ਗਿਆ ਸੀਗਾ ਜੀ। ਆਂਟੀ ਨੂੰ ਹੋਸਪਿਟਲ ਲੈ ਕੇ ਦਰਾਹੇ ਆਪਣੇ ਰਾੜਾ ਸਾਹਿਬ ਜੀ, ਉਸ ਤੋਂ ਬਾਅਦ ਉਹਨਾਂ ਦਾ ਰੈਫਰ ਕੀਤਾ DMC ਲੈ ਕੇ ਗਏ, ਜਦੋਂ DMC ਪਹੁੰਚੇ ਤਾਂ ਉਹਨਾਂ ਦੀ ਉੱਥੇ ਡੈਥ ਹੋ ਗਈ ਜੀ। ਅਤੇ ਮਾਮਲਾ ਦਰਜ ਹੋ ਗਿਆ ਜੀ? ਮਾਮਲਾ ਦਰਜ ਹੋ ਗਿਆ ਜੀ। ਅਤੇ ਉਹਨਾਂ ਦਾ ਬੇਟਾ ਜਿਹੜਾ? ਬੇਟਾ ਅੱਜ ਆਇਆ ਸੁਬਾਹ 6:30 ਪਹੁੰਚਿਆ ਜੀ, ਬਾਹਰ ਗਿਆ ਸੀਗਾ, 6 ਮਹੀਨੇ ਪਹਿਲਾਂ ਹੀ ਬਾਹਰ ਗਿਆ ਸੀਗਾ ਜੀ, ਹਲੇ ਅੱਜੇ ਪਹੁੰਚਿਆ ਜੀ, ਹਲੇ ਉਹ ਹੁਣ ਘਰੇ ਆ ਜੀ, ਹੁਣ ਕੈਨੇਡਾ ਗਿਆ ਸੀਗਾ ਜੀ ਉਹ। ਤੇ ਜਿਹੜੀ ਮੈਰਿਜ ਐਨਵਰਸਰੀ ਮਨਾਈ ਕਿੰਨਵਾਂ? ਮਨਾਉਣੀ ਸੀਗੀ ਜੀ, ਹਲੇ ਤਾਂ ਗੁਰਦੁਆਰੇ ਮੱਥਾ ਟੇਕਣ ਗਏ ਸੀ, ਪ੍ਰੋਗਰਾਮ ਤਾਂ ਸ਼ਾਮ ਦਾ ਸੀਗਾ ਮਨਾਉਣ ਦਾ ਜੀ, ਉਹ ਕਹਿੰਦੇ ਬੇਟੀਆਂ ਆ ਜਾਣਗੀਆਂ ਫਿਰ ਮਨਾਵਾਂਗੇ, ਹਲ ਤਾਂ ਸੁਬਾਹ ਮੱਥਾ ਟੇਕਣੇ ਗਏ ਸੀਗੇ ਜੀ, ਪਰ ਜਦ ਨੂੰ ਇਹ ਕੰਮ ਹੋ ਗਿਆ ਜੀ। ਤੇ ਜਿਹੜੇ ਹੁਣ ਡਰਾਈਵਰ ਜਾਂ ਹੋਰ ਖੜੇ ਗਏ ਜੀ? ਡਰਾਈਵਰ ਜੀ ਪਹਿਲਾਂ ਤਾਂ ਕੋਲ ਖੜੇ ਸੀਗੇ, ਬਾਅਦ ਦੇ ਵਿੱਚ ਜਦ ਉਹਨੇ ਦੇਖਿਆ ਜੀ ਬੰਦੇ ਆ ਗਏ, ਉਹ ਗੱਡੀ ਛੱਡ ਕੇ ਉੱਥੋਂ ਫਰਾਰ ਹੋ ਗਏ ਜੀ। ਡਰਾਈਵਰ ਵੀ ਹੋ ਗਿਆ ਤਾਂ ਬ੍ਰਦਰ, ਉਹਦੇ ਮੰਮੀ ਡੈਡੀ। ਕੀ ਮੰਗ ਕਰਦੇ ਤੁਸੀਂ ਵੀ ਜਿਹੜੀ? ਮੰਗ ਤਾਂ ਜੀ ਚਲੋ ਹੁਣ ਜੋ ਕਾਰਵਾਈ ਹੋਊਗੀ ਦੇਖਾਂਗੇ ਜੀ, ਪਰਚਾ ਪੁਰਚਾ ਹੋ ਗਿਆ ਜੀ, ਗਾਹਾਂ ਨੂੰ ਇੱਦਾਂ, ਹੁਣ ਤਾਂ ਗਲਤੀ ਕਰਤੀ, ਸਾਡਾ ਘਰ ਤਾਂ ਖਤਮ ਕਰਤਾ ਉਹਨੇ ਜੀ, ਹੁਣ ਗਾਹਾਂ ਕਿਸੇ ਹੋਰ ਦਾ ਨਾ ਕਰੇ ਜੀ, ਕੱਲ੍ਹ ਕੁਝ ਖਾਧਾ ਪੀਤਾ ਹੋਵੇ, ਸਮੈਕ ਸਮੁਕ ਪੀਂਦਾ ਹੋਵੇ, ਕੀ ਪਤਾ ਇਹੋ ਜਿਹੇ ਬੰਦੇ ਦਾ। ਨੀਅਰ ਅਬਾਊਟ ਹੋਊਗੀ ਜੀ 35 ਜੀ ਹੋਊਗੀ ਜੀ ਇਹ। ਤੇ ਹੁਣ ਪਰਿਵਾਰ ਪਿੱਛੇ ਕੌਣ ਕੌਣ? ਪਰਿਵਾਰ ਦੇ ਵਿੱਚ 2 ਬੇਟੀਆਂ ਨੇ, ਉਹਨਾਂ ਦੀ ਮੈਰਿਜ ਹੋਈ ਆ, ਬੇਟਾ ਅਨਮੈਰਿਡ ਆ ਜੀ। ਇਹ ਮੌਤ ਹੋਈ ਜੀ ਇੱਥੋਂ ਵਿਆਹ ਦੇ ਬੀਜੋ ਯਾਰ, ਮੀਆਂ ਬੀਬੀ ਦੋਨੇ ਹੀ, ਰਾਜਵਿੰਦਰ ਕੌਰ ਅਤੇ ਉਹਦਾ ਘਰਵਾਲਾ ਜਰਿਆਲ ਸਿੰਘ, ਉਹਦੀ ਮੈਚ ਨਹੀਂ ਵਿਧੀ, ਉਹਦਾ ਜਨਮਦਿਨ ਸੀ ਉਹਦਣ, ਉਹ ਜਾਣੀ ਮੱਥਾ ਰੱਖਣ ਰਾੜਾ ਸਾਹਿਬ ਗੁਰਦੁਆਰੇ 'ਚ, ਜਦੋਂ ਢਾਣੀ ਲੰਘ ਕੇ ਪਿੰਡ ਜੀਕੇ ਰਿਜੋਰਟ ਦੇ ਨਾਲ ਪਹੁੰਚੇ, ਜੀਕੇ ਰਿਜੋਰਟ ਗੁਰਦੁ ਉਹਦੇ ਕੋਲ ਪੈਲਸ ਕੋਲ ਪਹੁੰਚੇ, ਤਾਂ ਉੱਧਰ ਇੱਕ ਸਕਾਰਪੀਓ ਆਈ ਟਰੱਕ ਨੂੰ ਕ੍ਰੋਸ ਕਰਦੀ ਜੀ, ਉਹਨੇ ਸੜ ਮਾਰੀ ਉਹਨਾਂ ਨੂੰ। ਕਿਵੇਂ ਜਿਹੜਾ ਹਾਦਸੇ ਦੇ ਵਿੱਚ ਦੋਨਾਂ ਦੀ ਮੌਕੇ 'ਤੇ ਮੌਤ? ਇੱਕ ਜਨਰਲ ਦੀ ਮੌਕੇ 'ਤੇ ਮੌਤ ਹੋ ਗਈ, ਜਿਹੜੀ ਘਰ ਵਾਲੀ ਸੀ ਰਾਜਵਿੰਦਰ ਕੌਰ ਉਹਦੀ DMC ਹੋ ਜਾਵੇ। ਅੱਛਾ, ਅਤੇ ਹੁਣ ਜਿਹੜਾ ਪੋਸਟਮਾਰਟਮ ਵਗੈਰਾ? ਅਸੀਂ ਪਰਚਾ ਮੁਕਰਮਾ ਦਰਜ ਕਰਤਾ ਗੱਡੀ ਦੇ ਖਿਲਾਫ, ਗੱਡੀ ਵਾਲੇ ਖਿਲਾਫ, ਗੱਡੀ ਵਾਲਾ ਭੱਜਿਆ ਫਰਾਰ ਆ। ਕਿਹੜੀਆਂ ਕਿਹੜੀਆਂ ਧਾਰਾ ਤਹਿਤ ਮੁਕਰਮਾ? 278, 400, 427, 304A। ਅਤੇ ਜਿਹੜਾ ਡਰਾਈਵਰ ਆ ਫੜਿਆ ਗਿਆ? ਡਰਾਈਵਰ ਭੱਜਿਆ ਹੋਇਆ, ਗੱਡੀ ਕਾਬੂ ਆ। ਅੱਛਾ ਜੀ, ਅਤੇ ਹੁਣ ਜਿਹੜੀ ਇਹ ਲਾਸ਼ਾਂ ਨੂੰ ਜਿਹੜਾ ਪੋਸਟਮਾਰਟਮ ਕਰਾ ਰਹੇ ਆ? ਅਤੇ ਇੱਕ ਹੋਰ ਦੱਸ ਦਿਓ, ਜਿਹੜੇ ਜਨਮ ਦਿਨ ਸੀ ਉਹ ਜਿਹੜਾ ਕਿਹਦਾ ਸੀ? ਜਨਰਲ ਸਿੰਘ ਦਾ ਜੀਕੇ ਰਿਜੋਰਟ ਪਤਾ ਜੀ ਆਪਣੇ ਪੈਲਸ ਘਰਾਣੀ ਲੰਘ ਕੇ ਜੀਕੇ ਰਿਜੋਰਟ।